ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈ ਕਾ ਸ਼ਹਿਰ ਵਿਖੇ ਅੱਜ ਫੇਰ ਨਿਕਲੇ ਅੱਗ ਦੇ ਭਾਂਬੜ। ਪੁੰਨੂ ਮਾਰਕੀਟ ਵਿੱਚ ਲੱਗੀ ਅੱਗ। ਮਿਲੀ ਜਾਣਕਾਰੀ ਅਨੁਸਾਰ ਪੁੰਨੂ ਮਾਰਕੀਟ ਵਿਖੇ ਬੰਗਾ ਗਾਰਮੈਂਟ ਵਿੱਚ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ਦੁਕਾਨਦਾਰ ਨੇ ਜਾਣਕਾਰੀ ਦੱਸਿਆ ਕਿ ਅੱਗ ਲੱਗਦਿਆਂ ਹੀ ਆਸ ਪਾਸ ਦੇ ਦੁਕਾਨਦਾਰਾਂ ਨੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ। ਅੱਗ ਲੱਗਣ ਨਾਲ ਅੰਦਰ ਪਿਆ ਸਾਰਾ ਸਮਾਨ ਸੜ ਗਿਆ। ਦੱਸ ਦਈਏ ਕਿ ਬੀਤੀ ਰਾਤ ਪੰਜਾਬ ਰੇਡੀਓ ਹਾਊਸ ਦੇ 3 ਮੰਜ਼ਲੀ ਇਮਾਰਤ ਨੂੰ ਵੀ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਇਲੈਕਟ੍ਰੀਨਿਕ ਸਮਾਨ ਸੜ ਕੇ ਸਵਾਹ ਹੋ ਗਿਆ ਸੀ। ਸਥਾਨਕ ਸ਼ਹਿਰ ਵਾਸੀਆਂ ਨੇ ਸਮੂਹ ਦੁਕਾਨਦਾਰਾਂ ਨੂੰ ਦੱਸਿਆ ਕਿ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਦੀ ਘਾਟ ਹੋਣ ਕਰਕੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਵਾਰਦਾਤ ਵਾਪਰ ਜਾਂਦੀ ਹੈ ਤਾਂ ਫਾਇਰ ਬ੍ਰਿਗੇਡ ਆਉਣ ਤੱਕ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਜਾਂਦਾ ਹੈ। ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਭਗਤਾ ਭਾਈਕਾ ਵਿਖੇ ਫਾਇਰ ਬ੍ਰਿਗੇਡ ਦੀ ਗੱਡੀ ਮੁਹੱਈਆ ਕੀਤੀ ਜਾਵੇ ਤਾਂ ਜੋ ਇਹੋ ਜਿਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਉਹਨਾਂ 'ਤੇ ਤੁਰੰਤ ਕਾਬੂ ਪਾਇਆ ਜਾ ਸਕੇ ਅਤੇ ਕੀਮਤੀ ਸਮਾਨ ਜਿਹੜਾ ਹੈ ਉਹ ਬਚਤ ਕੀਤੀ ਜਾ ਸਕੇ। ਆਓ ਤੁਹਾਨੂੰ ਲੈ ਚੱਲਦੇ ਹਾਂ ਭਗਤਾ ਭਾਈਕਾ ਵਿਖੇ ਅਤੇ ਦਿਖਾਉਂਦੇ ਹਾਂ ਸਾਂਝਾ TV ਪੰਜਾਬ ਤੋਂ ਲਾਈਵ ਤਸਵੀਰਾਂ। ਬੜਾ ਦੁੱਖ ਅਤੇ ਅਫਸੋਸ ਆ ਜੀ, ਕੱਲ੍ਹ ਰਾਤ ਹੀ ਸਾਡੇ ਪੰਜਾਬ ਰੇਡੀਓ ਹਾਊਸ ਉਹਨਾਂ ਦੇ ਦੁਕਾਨ 'ਤੇ ਅੱਗ ਲੱਗੀ, ਕਰੋੜਾਂ ਰੁਪਏ ਦਾ ਨੁਕਸਾਨ ਉੱਥੇ ਹੋਇਆ ਅਤੇ ਅੱਜ ਹੁਣੇ ਹੁਣੇ ਹੀ ਜਿਵੇਂ ਕੁਦਰਤ ਦੀ ਕਰੋਪੀ ਕਹਿ ਸਕਦੇ ਹਾਂ ਆਪਾਂ, ਸਵੇਰੇ ਸਵੇਰੇ ਬੰਗਾ ਰੈਡੀਮੇਡ ਹਾਊਸ ਹੈ ਇਹਨੇ ਦੁਕਾਨ ਦੇ ਵਿੱਚ AC ਦੀ ਸਪਾਰਕ ਦੇ ਨਾਲ ਅੱਗ ਲੱਗ ਗਈ, ਇਹਨਾਂ ਦਾ ਵੀ ਲੱਖਾਂ ਰੁਪਏ ਦਾ ਨੁਕਸਾਨ ਹੈ। ਸੋ ਭਗਤਾ ਭਾਈ ਸਾਡੇ ਇਲਾਕੇ ਦਾ ਬੜਾ ਵੱਡਾ ਅਤੇ ਪ੍ਰਮੁੱਖ ਸ਼ਹਿਰ ਹੈ, ਇੱਥੇ ਜੋ ਫਾਇਰ ਬ੍ਰਿਗੇਡ ਹੈ ਉਸ ਦੀ ਬਹੁਤ ਵੱਡੀ ਲੋੜ ਹੈ ਔਰ ਨਾਲ ਦੀ ਨਾਲ ਇੱਕ ਦੁੱਖ ਅਤੇ ਅਫਸੋਸ ਵੀ ਹੈ। ਸਾਡੇ ਜੋ ਇੱਥੇ ਮੌਜੂਦਾ ਮਾਲ ਮੰਤਰੀ ਨੇ ਗੁਰਪ੍ਰੀਤ ਸਿੰਘ ਕਾਂਗੜ, ਉਹਨਾਂ ਨੇ ਪਿਛਲੇ ਸਾਲ ਸਾਰੇ ਅਖਬਾਰਾਂ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਹੋਈਆਂ ਸੀ, ਤੁਸੀਂ ਵੀ ਸ਼ਾਇਦ ਦੇਖੀਆਂ ਹੋਣਗੀਆਂ, ਕਿ ਭਗਤਾ ਭਾਈ ਦੇ ਇਲਾਕੇ ਦੇ ਲਈ ਇੱਕ ਫਾਇਰ ਬ੍ਰਿਗੇਡ ਦਾ ਉਹਨਾਂ ਨੇ ਪ੍ਰਬੰਧ ਕੀਤਾ ਸੀ ਔਰ ਰਾਤ ਵੀ ਨਹੀਂ ਫਾਇਰ ਬ੍ਰਿਗੇਡ ਆਈ ਅਤੇ ਅੱਜ ਵੀ ਨਹੀਂ ਆਈ। ਅੱਜ ਵੀ ਜੋ ਅੱਗ ਬੁਝਾਈ ਗਈ ਹੈ ਭਗਤਾ ਭਾਈ ਦੀ ਜੋ ਗੁਰਦੁਆਰਾ ਸਾਹਿਬ ਦੀ ਇੱਕ ਲੋਕਲ ਜਿਹੜੀ ਫਾਇਰ ਬ੍ਰਿਗੇਡ ਹੈ ਆਰਜੀ ਤੌਰ 'ਤੇ ਬਣਾਈ ਵੀ, ਉਹਨਾਂ ਨੇ ਸਾਰਾ ਅੱਗ ਬੁਝਾਉਣ ਦਾ ਪ੍ਰਬੰਧ ਕੀਤਾ ਔਰ ਮੈਂ ਸਭ ਜੇ ਫਾਇਰ ਬ੍ਰਿਗੇਡ ਨਾ ਹੁੰਦੀ ਆਰਜੀ ਤੌਰ 'ਤੇ ਬਣਾਈ ਵੀ ਤਾਂ ਸਾਰੀ ਮਾਰਕੀਟ ਦਾ ਇੱਕ ਬਹੁਤ ਵੱਡਾ ਨੁਕਸਾਨ ਹੋਣਾ ਸੀ, ਕਿਉਂਕਿ ਇਹ ਰੈਡੀਮੇਡ ਦੇ ਕੱਪੜੇ ਦੀਆਂ ਇੱਥੇ ਮੁੱਖ ਤੌਰ 'ਤੇ ਦੁਕਾਨਾਂ। ਸੋ ਅਸੀਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਸਾਡੇ ਭਗਤਾ ਭਾਈ ਸ਼ਹਿਰ ਦੇ ਲਈ ਵਧੀਆ ਜਿਹੜੀ ਉੱਚ ਕੁਆਲਿਟੀ ਦੀ ਜਿਹੜੀ ਫਾਇਰ ਬ੍ਰਿਗੇਡ ਹੈ ਉਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਾਡੇ ਦੁਕਾਨਦਾਰ ਕਿਸਾਨ ਭਰਾ ਜੋ ਸਮੇਂ ਸਮੇਂ 'ਤੇ ਅੱਗ ਪੀੜਤ ਦੀਆਂ ਘਟਨਾਵਾਂ ਦੇ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੁੰਦਾ ਉਸ ਤੋਂ ਬਚ ਸਕਣ। ਹਜੇ 3-4 ਮਹੀਨੇ ਪਹਿਲਾਂ ਹੀ ਕਲਿਆਣ ਪਿੰਡ ਹੈ, ਇੱਥੋਂ ਦੇ ਦੁਕਾਨਦਾਰ ਸੀ ਉਹਨਾਂ ਦੀ ਕੱਪੜੇ ਦੀ ਦੁਕਾਨ ਨੂੰ ਸਾਰੀ ਅੱਗ ਲੱਗ ਗਈ ਸੀ, ਉੱਥੇ ਵੀ ਨਹੀਂ ਫਾਇਰ ਬ੍ਰਿਗੇਡ ਦਾ ਪ੍ਰਬੰਧ ਹੋਇਆ ਸੀ, ਉਹਨਾਂ ਦਾ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ, ਉਹ ਵੀ ਪਰਿਵਾਰ ਅੱਜ ਸੜਕਾਂ 'ਤੇ ਰੋਲਣ ਲਈ ਮਜਬੂਰ ਹੈ। ਸੋ ਇਸ ਕਰਕੇ ਇੱਥੇ ਫਾਇਰ ਬ੍ਰਿਗੇਡ ਦੀ ਸਮੇਂ ਦੇ ਮੁਤਾਬਕ ਬਹੁਤ ਵੱਡੀ ਲੋੜ ਹੈ, ਇਹੀ ਮੀਡੀਆ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ। ਅੱਜ ਕੱਲ੍ਹ ਵੀ ਵਰਤੀ ਸੀ ਭਗਤਾ ਭਾਈਕੇ ਦੇ ਵਿੱਚ ਵੀ, ਅੱਜ ਵੀ ਵਰਤੀ ਹੈ, ਇਹ 2 ਦੁਕਾਨਾਂ ਦਾ ਸੜ ਕੇ ਸੁਆਹ ਹੋ ਗਿਆ ਜੀ ਸਮਾਨ ਸਾਡੇ ਜੀ ਦੇ ਨਗਰ ਦੇ ਵਿੱਚ। ਅਸੀਂ ਮੈਂ ਭੂਤਾਂ ਵਾਲੀ ਕੂ ਕਮੇਟੀ ਦਾ ਪ੍ਰਧਾਨ ਹਾਂ ਜੀ, ਅਸੀਂ ਇੱਥੇ ਫਾਇਰ ਬ੍ਰਿਗੇਡ ਪਿਛਲੇ ਸਾਲ ਤੋਂ ਬਣਾਇਆ ਹੋਇਆ ਸਾਡਾ ਚੱਲ ਰਿਹਾ, ਅੱਜ ਵੀ ਅਸੀਂ ਮੌਕੇ 'ਤੇ ਪਹੁੰਚ ਗਏ, ਕੱਲ੍ਹ ਵੀ ਆ ਕੇ ਅਸੀਂ ਮੌਕੇ 'ਤੇ ਕੰਟਰੋਲ ਕਰ ਲਿਆ ਜੀ, ਅਤੇ ਸਾਡੀ ਸਰਕਾਰ ਵੱਲੋਂ ਸਾਨੂੰ ਇੱਥੇ ਕੋਈ ਵੀ ਸਹੂਲਤ ਨਹੀਂ ਹੈ, ਇੱਥੇ ਫਾਇਰ ਬ੍ਰਿਗੇਡ ਹੋਣਾ ਚਾਹੀਦਾ ਅਤੇ ਜਾਂ ਕਿ ਇਹੋ ਜਿਹੀਆਂ ਸਾਰੀਆਂ ਘਟਨਾ ਤੋਂ ਅਸੀਂ ਬਚ ਸਕੀਏ। ਇੱਥੇ ਸਰਕਾਰ ਦਾ ਜੋ ਕੋਈ ਧਿਆਨ ਨਹੀਂ ਹੈਗਾ, ਇੱਥੇ ਵੱਧ ਤੋਂ ਵੱਧ ਇੱਥੇ ਘੱਟੋ ਘੱਟ 2 ਫਾਇਰ ਬ੍ਰਿਗੇਡ ਹੋਣੇ ਚਾਹੀਦੇ ਜ਼ਰੂਰੀ। ਇਹਨੇ ਸ਼ੋਰਟ ਸਰਕਟ ਹੋ ਗਿਆ ਜੀ, ਸ਼ੋਰਟ ਸਰਕਟ ਨਾਲ ਹੀ ਅੱਗ ਵੱਧ ਗਈ। ਅਤੇ ਨੁਕਸਾਨ ਕਿੰਨਾ ਕੁ ਹੋਇਆ ਜੀ? ਨੁਕਸਾਨ 15-20 ਲੱਖ ਰੁਪਏ ਦਾ ਹੈਗਾ ਜੀ ਨੁਕਸਾਨ। ਜਾਣਕਾਰੀ ਤਾਂ ਕਿਸੇ ਨੂੰ ਨਹੀਂ ਜੀ, ਅਸੀਂ ਤਾਂ ਅੱਗ ਬੁਝਾਉਣ 'ਚ ਹੀ ਰਹੇ ਜੀ। ਤਕਰੀਬਨ 1.5 ਘੰਟਾ ਤਾਂ ਲੱਗ ਹੀ ਗਿਆ ਜੀ, ਕਿਉਂ ਜਗ੍ਹਾ ਹੈ ਨਹੀਂ ਕਿ ਜਗ੍ਹਾ ਅੰਦਰੋਂ ਬੰਦ ਹੋਣ ਕਾਰਨ ਕਿਸੇ ਪਾਸੇ ਬੁਝਾਉਣ ਵਾਸਤੇ ਜਗ੍ਹਾ ਹੈ ਨਹੀਂ ਸੀ, ਇੱਕ ਪਾਸੇ ਸੀ ਉਹ ਧੂੰਆਂ ਵਾਲਾ ਸੀ, ਅੰਦਰ ਕਿਸੇ ਤੋਂ ਜਾਇਆ ਨਹੀਂ। ਪ੍ਰਸ਼ਾਸਨ ਅਧਿਕਾਰੀ ਪਹੁੰਚੇ ਤੁਹਾਡੇ ਕੋਲ? ਪ੍ਰਸ਼ਾਸਨ ਵਾਲੇ ਸੀਗੇ, ਪੁਲਿਸ ਮੁਲਾਜ਼ਮ ਆਏ ਸੀਗੇ ਜੀ, ਚਲੇ ਗਏ ਹੁਣ।